بسم اللہ الرحمن الرحیم السلام علیکم ویریو تسی اپنا سرکیاں چینل دے میں تہاڈا میزبان ذیشان رمضان تے روزانہ تے نویں تو نویں تے اچھی تے اچھی ویڈیو لے کے ضرور ویڈیو میں اس کرنا انشاءاللہ بھراواں نوں ویڈیو پسند آندی ہے ویڈیو نوں لائک بھی کر دیو ویڈیو نوں شیئر بھی کر دیو سب تو پہلا اپنے چینل نوں کرنا سبسکرائب اور بیل آئیکن دا بٹن جڑا ضرور دبا لینا تاکہ ساڈی آون والی ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗਿਆ ਵੀਡੀਓ ਇਸ ਤਰ੍ਹਾਂ ਹੈ ਇਸ ਡੇਰੇ ਦੀ ਵੀਡੀਓ ਜਿਹੜਾ ਨਾ ਹਫ਼ਤੇ ਦੇ ਵਿੱਚ ਦੋ ਦਿਨ ਇਹ ਤੁਸੀਂ ਵੇਖਦੇ ਪਏ ਕਿ ਬਸ ਸਿਲਸਿਲਾਵਾਰ ਵੀਡੀਓ ਸੋਮਵਾਰ ਨੂੰ ਔਰ ਜੁਮੇ ਵਾਲੇ ਦਿਨ ਜਿਹੜਾ ਨਾ ਇਹ ਵਸੀਮ ਬੱਟ ਦੀ ਵੀਡੀਓ ਜਿਹੜੀ ਹੈ ਨਾ ਅਪਲੋਡ ਹੁੰਦੀ ਪਈ ਹੈ ਤਾਂ ਅਲਹਮਦੁਲਿਲਾ ਕਿ ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਦੇ ਨੇ ਨਾ ਹਮੇਸ਼ਾ ਦੀ ਵੀਡੀਓ ਦੀ ਤਰ੍ਹਾਂ ਜਿਹੜਾ ਨਾ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਝੋਟੀਆਂ ਦਾ ਜੋੜਾ ਹੈ ਜਿਹੜਾ ਭਰਾਵਾਂ ਨੂੰ ਤਕਾਣਾ ਜਿਨ੍ਹਾਂ ਦਾ ਭਰਾਵਾਂ ਨੂੰ ਸ਼ੋਅ ਕਰਾਉਣਾ ਤੇ ਇਨਸ਼ਾਅੱਲਾ ਉਮੀਦ ਕਰਾਂਗਾ ਕਿ ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਣਗੇ ਨੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਨਾ ਅੱਜ ਵਾਲੀ ਵੀਡੀਓ ਵੀ ਵੇਖ ਕੇ ਇਨਸ਼ਾਅੱਲਾ ਭਰਾਵਾਂ ਦਾ ਸ਼ੌਕ ਔਰ ਵਟਸਐਪ ਦਾ ਜਿਹੜਾ ਮੁੱਲ ਹੈ ਨਾ ਉਹ ਇਨਸ਼ਾਅੱਲਾ ਭਰਾਵਾਂ ਨੂੰ ਪਸੰਦ ਆਵੇਗਾ ਬਾਕੀ ਵੀਡੀਓ ਦਾ ਡਰੈਸ ਅੰਜੇ ਕਿ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜਿਹਨਾਂ ਦਾ ਚੱਕ ਜੋ ਦਾ ਲੋਕੇਸ਼ਨ ਤਕਰੀਬਨ ਜਿਹੜਾ ਨਾ ਹਰ ਵੀਡੀਓ 'ਚ ਦੱਸੀ ਦੀ ਹੈ ਕਿਸੇ ਵੀ ਭਰਾ ਨਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਕੁੰਜਾ ਔਰ ਕੁੰਜਾ ਦੇ ਨਾਲ ਜਿਹੜਾ ਨਾ 2 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ ਇਹ ਇਹਨਾਂ ਦੇ ਲੋਕੇਸ਼ਨ ਨੇ ਮਜ਼ੀਦ ਨੰਬਰ ਜਿਹੜਾ ਨਾ ਇਹ ਸਕਰੀਨ 'ਤੇ ਲੱਗ ਜਾਣਾ ਕਿਸੇ ਵੀ ਭਰਾ ਦੂਰੋਂ ਆਉਣਾ ਹੋਵੇ ਲੋਕੇਸ਼ਨ ਜਿਹੜੀ ਹੈ ਉਹ ਵਟਸਐਪ ਤੋਂ ਵਟਸਐਪ 'ਤੇ ਮੰਗਾ ਲੈਣੀ ਹੈ ਅਤੇ 12 ਜੇ ਜੁਮੇ ਤਾਰੀਖ ਵੀ ਬਣਦੀ ਹੈ 2 ਅਗਸਤ 2024 ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿੱਲਾ ਤੱਕੇ ਜਿਹੜਾ ਨਾ ਵੀਡੀਓ ਕਰਦੇ ਆ ਜੀ ਸ਼ੁਰੂ ਅਸਲਾਮ ਅਲੈਕੁਮ ਜੀ ਕੀ ਵਾਲੈਕੁਮ ਸਲਾਮ ਭਾਈ ਜਾਨ ਕੀ ਹਾਲ ਹੈ ਅੱਲਾ ਪਾਕ ਦਾ ਸ਼ੁਕਰ ਹੈ ਵਟਸਐਪ ਤੁਸੀਂ ਸੁਣਾਓ ਕੀ ਹਾਲ ਹੈ ਬੜੇ ਅੱਲਾ ਪਾਕ ਦੇ ਕਰਮ ਨੇ ਸ਼ੁਕਰ ਹੈ ਮਾਲਕ ਸੋਹਣੇ ਦਾ ਸਿਹਤ ਵੀ ਠੀਕ ਹੈ ਕੀ ਕਰਮ ਹੈ ਅੱਲਾ ਪਾਕ ਦਾ ਲੋ ਜੀ ਵਟਸਐਪ ਲਿਆਂਦਾ ਹੀ ਜੋੜਾ ਹੈ ਜਾਂ ਲਿਆਨੀਆਂ ਜ਼ਿਆਦਾ ਨੇ ਛੋਟੀਆਂ ਇਨਸ਼ਾਅੱਲਾ ਲਿਆਂਦੀਆਂ 4 ਨੇ ਠੀਕ ਹੈ ਤੇ ਇੱਕ ਕੱਚੀ ਹੈ ਠੀਕ ਹੈ ਛੋਟੀ ਸੂ ਪਈ ਹੈ ਠੀਕ ਹੈ ਕਾਵਸ਼ਕਾਵਟ ਜੀ ਨੇ ਲਾਈ ਜਾਂ 2 ਗੱਪਣੇ ਭਰਾਵਾਂ ਨੂੰ ਮਹਾਨ ਲੱਗ ਲਿਆਂਦੀ ਹੈ 4 ਵੈਰੀ ਗੁੱਡ ਜੀ ਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਜੋੜਾ ਹੀ ਲੱਗਣਾ ਹੈ ਜੋੜਾ ਹੀ ਲੱਗਣਾ ਤੇ ਵੇਖੋ ਪਰਿਸ਼ਾਨ ਪਸੰਦ ਦੇ ਭਰਾਵਾਂ ਦੀ ਜੀ ਬਿਲਕੁਲ ਉਹ ਜੀ ਇਨਸ਼ਾਅੱਲਾ ਇੱਕ ਦੂਜੇ ਤੋਂ ਵੱਧ ਤੋਂ ਵੱਧ ਹੀ ਹੋਵੇ ਇੱਕ ਤੋਂ ਦੂਸਰੀ ਜਿਹੜੀ ਹੈ ਨਾ ਇੱਕ ਦੂਜੇ ਤੋਂ ਜਨਾਬ ਦਮ ਰੱਖਦੀਆਂ ਨੇ ਪਸੰਦ ਆਪਣੀ ਆਪਣੀ ਹੋਣੀ ਹੈ ਜਿਹੜੇ ਵੀ ਭਰਾ ਵੀਡੀਓ ਵੇਖਦੇ ਨੇ ਉਹਨਾਂ ਨੇ ਆਪ ਵੇਖ ਲੈਣਾ ਕਿ ਅੱਜ ਦੀ ਵੀਡੀਓ ਦੇ ਵਿਨਰ ਕਿਹੜੀ ਝੋਟੀ ਹੈ ਦੋਵਾਂ ਚੋਂ ਜਿਹੜਾ ਹੈ ਪਰੇਸ਼ਾਨ ਪੂਰਾ ਨਾਮ ਹੈ ਮੇਰੇ ਮਾਲਕ ਸੋਹਣੇ ਦਾ ਅੱਲਾ ਦੇ ਰਸੂਲ ਦਾ ਉਹ ਮਾਲਕ ਨੇ ਇੰਨੀਆਂ ਬਣਾ ਛੜੀਆਂ ਤੇ ਮੈਂ ਨਾ ਘੱਟ ਹੀ ਹੋਣ ਦੀ ਮਾਸ਼ਾਅੱਲਾ ਜਨਾਬ ਜਾ ਤੇ ਬਾਕੀ ਆ ਜੁਮਾ ਮੁਬਾਰਕ ਵੀ ਹੈ ਜੀ ਬਿਲਕੁਲ ਇਹਦੇ ਸਦਕੇ ਮਾਲਕ ਸਾਡੇ ਭਰਾਵਾਂ ਨੂੰ ਸਿਹਤ ਤੰਦਰੁਸਤੀ ਦੇ ਆਮੀਨ ਜਿਹੜੇ ਬਿਮਾਰ ਨੇ ਆਪਣੇ ਜ਼ਮਾਨ ਚ ਰੱਖੇ ਨੇ ਜਿਹੜੇ ਪਰਦੇਸ ਨੇ ਆਮੀਨ ਜੀ ਵਸਦੇ ਰਹਿਣ ਵਸਦੇ ਰਹਿਣ ਤੇ ਸਾਨੂੰ ਵੀ ਲਾਈਕ ਸ਼ੇਅਰ ਕਰਦੇ ਰਹਿਣ ਜੀ ਬਿਲਕੁਲ ਜਨਾਬ ਅੱਗੇ ਵੀ ਕਰਦੇ ਨੇ ਤੇ ਅੱਜ ਵੀ ਜਿਹੜਾ ਹੈ ਨਾ ਇਹ ਇਨਸ਼ਾਅੱਲਾ ਜਨਾਬ ਭਰਾਵਾਂ ਨੇ ਕਰਨਾ ਨੂੰ ਜੀ ਵਟਸਐਪ ਵੀਡੀਓ ਤੇ ਲੱਗੀ ਹੈ ਸ਼ੁਰੂ ਹੋਣ ਝੋਟੀਆਂ ਤੇ ਜਨਾਬ ਵਹਾ ਲੈਂਦੇ ਆ ਜਿਹੜੇ ਪਿਛਲੀ ਵੀਡੀਓ ਲੱਗੀ ਹੈ ਨਾ ਸਮਾਰ ਲੋ ਜੀ ਜੀ ਕੈਸੇ ਰਹਿ ਜੋ ਦੀ ਕੈਸੇ ਪ੍ਰੋਗਰੈਸ ਰਹੀ ਹੈ ਪਰੇਸ਼ਾਨ 3 ਲੈ ਗਿਆ ਜੇ ਮੰਡੀ ਬੋਲਦੀ ਦੇ ਭਰਾ ਦੇ ਠੀਕ ਹੋ ਗਿਆ ਇੱਕ ਲੈਦਰੀ ਗਈ ਜੇ ਜੀ ਇੱਕ ਰੁਕਣ ਠੀਕ ਹੈ ਤੇ ਤੀਸਰੀ ਨਾਲ ਪਿੰਡ ਜੇ ਕੀਤਰਾ ਵੀ ਮੰਡੀ ਬੋਲਦੀ ਦੇ ਜੀ ਲੋ ਜੀ ਅਲੱਗ-ਅਲੱਗ ਗਈਆਂ ਨੇ ਅਲੱਗ-ਅਲੱਗ ਗਈਆਂ ਨੇ 3 ਝੋਟੀਆਂ ਲੱਗੀਆਂ ਨੇ ਜਨਾਬ 3 ਮੰਡੀ ਭਾਵਲ ਦੇ ਨੇ ਜੀ ਮੰਡੀ ਭਾਵਲ ਦੀ ਨੇ ਔਰ 3 ਜਨਾਬ ਅਲੱਗ-ਅਲੱਗ ਜਿਹੜਾ ਹੈ ਨਾ ਅਲੱਗ-ਅਲੱਗ ਗਈਆਂ ਨੇ ਜੀ ਬਿਲਕੁਲ ਤੇ ਵਟਸਐਪ ਕੈਸੀ ਰਹੀ ਉਹਨਾਂ ਦੀ ਇਹ ਫੋਨਾਂ ਦੀ ਪ੍ਰੋਗਰੈਸ ਹੈ ਪਰੇਸ਼ਾਨ ਸਾਡੇ ਕੋ ਤੇ ਵੇਖ ਗਈਆਂ ਨੇ ਤੇ ਭਰਾਵਾਂ ਦੇ ਬੜੇ ਫੋਨ ਆਏ ਨੇ ਪਿੱਛੋਂ ਠੀਕ ਹੈ ਤੇ ਸਾਡੇ ਕੋ ਚੜ੍ਹਦੀ ਮੌਲ ਦੇ ਵੇਖ ਗਿਆ ਤੇ ਨਾ ਅੱਲਾ ਪਾਕ ਉਹਨਾਂ ਦੇ ਨਸੀਬ ਕਰੇ ਲੋ ਜੀ ਝੋਟੀਆਂ ਜਨਾਬ ਅੱਜ ਦੀ ਵੀਡੀਓ ਦੇ ਵਿੱਚ ਜੋੜਾ ਨੇ ਝੋਟੀ ਨੰਬਰ ਜਿਹੜੀ ਹੈ ਨਾ 1 ਆ ਗਈ ਹੈ ਜਨਾਬ ਕੈਮਰੇ ਦੇ ਸਾਹਮਣੇ ਨਾਸਾ ਤੋਂ ਲੈ ਕੇ
ਔਰ ਪੈਰਾਂ ਦੀਆਂ ਕਰਨੀਆਂ ਤੱਕ ਜਿਹੜਾ ਨਾ ਇਹ ਝੋਟੀ ਜਨਾਬ ਵੇਖਣੀ ਹੈ, ਝੋਟੀ ਦੀ ਟੋਰ ਚੈੱਕ ਕਰਨੀ ਹੈ, ਮਾਸ਼ਾਅੱਲਾ ਝੋਟੀ ਦਾ ਲਾਮ ਜਿਹੜਾ ਔਰ ਚੈੱਕ ਕਰਨਾ, ਫਿਰ ਟੋਰ ਜਿਹੜੀ ਹੈ ਨਾ ਫਲਵਾਣਾ ਵਾਲੀ। ਮੈਂ ਨਾ ਪਰੇਸ਼ਾਨ ਹਾਂ, ਅੱਲਾ ਪਾਕ ਰੱਖੇ ਖੈਰ, ਠੀਕ ਹੈ, ਮਾਲਕ ਜੀ ਕਰੇ ਜ਼ਿੰਦਗੀ, ਠੀਕ ਹੈ, ਨਾ ਏਡਾ ਕੱਦ ਜੀ, ਨਾ ਏਡੀਆਂ ਵੇਲਾਂ ਔਰ ਉਸਨ ਤੇ ਨਾ ਹੀ ਏਡਾ ਉਸਨ। ਲਓ ਜੀ, ਅਸਲੀ ਤੇ ਨਸਲੀ, ਨਸਲੀ ਤੇ ਨਸਲ ਵੀ ਅੱਲਾ ਪਾਕ ਤੋਂ ਮੰਗ ਕੇ ਲਈ ਜੀ। ਬਿਲਕੁਲ ਜੀ, ਉਸਨ ਨਸਲ ਤੇ ਨੂਰ, ਨੂਰ ਦੇ ਕੈਟਾਗਰੀਆਂ ਜਿਹੜੀਆਂ ਨੇ ਇਹ ਝੋਟੀਆਂ ਦੇ ਵਿੱਚ ਜਨਾਬ ਪੂਰੀਆਂ ਬਣ ਗਈਆਂ। ਫਿਰ ਪਰੇਸ਼ਾਨ ਜਿਹੜਾ ਅੱਲਾ ਪਾਕ ਨੇ ਥਾਣ ਲਾ ਛੜਿਆ ਹੈ ਨਾ, ਠੀਕ ਹੈ, ਵੇਖੋ ਨਾ ਥਾਣ ਤੇ ਨੁਕਰਾਂ ਕਿੱਥੇ ਕਿੱਥੇ ਕਰਮ ਹੈ ਔਰ ਸਦਕਾ ਸਰਕਾਰ ਦਾ ਔਰ ਸਦਕਾ ਪੰਚਨ ਪਾਕ ਦਾ ਨਿੱਕਾ ਮੁਰਜਤ ਦੀ ਇਹ ਦੁਆਵਾਂ ਮਾਂ ਪਿਓ ਦੀਆਂ ਸਾਵਨ ਜਿਹੜਾ ਹੈ ਨਾ ਇਹ ਇਹਨਾਂ ਭੈਣਾਂ ਭਰਾਵਾਂ ਦਾ ਔਰ ਅਲਹਮਦੁਲਿਲਾ ਮਿਹਨਤ ਕਰੀ ਦੀ ਹੈ ਔਰ ਮਿਹਨਤ ਕਰਕੇ ਜਿਹੜਾ ਨਾ ਇਹ ਭਰਾਵਾਂ ਵਾਸਤੇ ਅਨਮੋਲ ਤੋਹਫੇ ਜਨਾਬ ਕੱਢ ਕੇ ਲਿਆਵੀਦੇ ਨੇ ਔਰ ਭਰਾਵਾਂ ਦੀ ਮੁਹੱਬਤ ਇੰਨੀ ਹੈ ਕਿ ਇਸ ਮੁਹੱਬਤ ਨਾਲ ਬੰਦਾ ਦਿਨ ਰਾਤ ਇੱਕ ਕਰਕੇ ਜਿਹੜਾ ਨਾ ਮਿਹਨਤ ਕਰਕੇ ਤੋਹਫੇ ਵੇਖੋ ਵੀਡੀਓ ਵੀ ਰੋਜ਼ ਲੱਗਦੀ ਹੈ ਨਾ, ਮਾਲ ਵੀ ਰੋਜ਼ ਆਉਂਦਾ ਜੀ। ਬਿਲਕੁਲ ਜਨਾਬ, ਜੋ ਜੋ ਕਹਦੇ ਨਸੀਬਾਂ ਦੇ ਭਰਾ ਲੈਂਦੇ ਨੇ ਵੇਂਦੇ ਨੇ ਜੀ। ਬਿਲਕੁਲ ਜਨਾਬ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਠੀਕ ਹੈ, ਪਿੰਜ ਦੀ ਝੋਟੀ ਜੀ ਤੁਹਾਡੇ ਕਿਸੇ ਚੈਨਲ ਤੇ ਵੀ ਆਵੇ ਤੇ ਘੱਟ ਜ਼ਰੂਰ ਲੱਭੇ। ਲਓ ਜੀ, ਕੈਮਰੇ ਦੇ ਦਿਨ ਤੇ ਕਦੇ 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 ਅੱਲਾ ਦੇ ਫਜ਼ਲ ਨਾਲ ਜੀ, ਬਿਲਕੁਲ ਕੋਈ ਸਾਡੀ ਇਹਦੇ ਬੋਝ ਨਹੀਂ। ਲਓ ਜੀ, ਸਾਡਾ ਦਾਵਾ ਨਹੀਂ ਲੇਕਿਨ ਸਾਡੀ ਮਿਹਨਤ ਹੈ, ਮਿਹਨਤ ਤੇ ਫੈਸਲਾ ਭਰਾਵਾ ਕਰਨਾ ਹੈ ਜੀ। ਬਿਲਕੁਲ ਜਨਾਬ, ਤੇ ਨਾ ਇਹਦੀ ਨਸਲ ਕਿਸੇ ਦੀ ਹੋਵੇ ਤੇ ਨਾ ਹੀ ਇਹਦਾ ਕੱਟ ਹੋਵੇ ਔਰ ਫਿਰ ਕੰਡ ਜੋੜ ਜਿਹੜੇ ਕੰਡ ਜੋੜ ਤੇ ਮੈਂ ਨਾ ਅੱਲਾ ਦੇ ਫਜ਼ਲ ਨਾਲ ਨੇਰੀ ਫਾੜ ਕੇ ਪਵਾ ਲਈ ਨਾ ਇੱਕ ਵਾਰੀ ਜੀ। ਬਿਲਕੁਲ, ਕਦੀ 5000 ਵੀ ਮੱਝ ਪੱਤੀ ਹੋਈ ਨਾ, ਠੀਕ ਹੈ, ਵਿੱਚੂ ਵੱਖਰੀ ਦਿੱਤੇ। ਲਓ ਜੀ, ਬਾਟ ਸਾਹਿਬ 5000 ਵੀ ਮੱਝ ਬੱਜੀ ਹੋਵੇ ਨਾ ਤੇ ਇਸ ਮੱਝ ਦੀ ਪਛਾਣ ਕਰਨੀ ਹੋਵੇ, ਇਹਦੀ ਪਛਾਣ ਦੂਰੋਂ ਹੀ ਹੋਵੇ ਦੀ, ਪਰ ਮੱਝ ਕਿਸੇ ਇਲਾਕੇ ਦੀ ਜਾਂ ਕਿਸੇ ਨਸਲ ਦੀ ਹੋਵੇ ਜੀ। ਬਿਲਕੁਲ, ਤੇ ਬੱਜੀ ਪਤਾ ਲੱਗੇਗਾ ਵਿੱਚ, ਫਿਰ ਤੇ ਪਤਾ ਲੱਗੇਗੀ ਕਿ ਕਿਹੜੀ ਜਿਹੜੀ ਝੋਟੀ ਹੈ। ਜਨਾਬ ਆਪਣਾ ਸੁਣਤੀਆਂ ਚੈਨਲ ਤੋਂ ਔਰ ਵਸੀਮ ਬਾਟ ਸਾਹਿਬ ਕੋਲ ਜਿਹੜਾ ਨਾ ਜੀ, ਇਹ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਜੀ। ਬਿਲਕੁਲ ਜਨਾਬ, ਝੋਟੀ ਜਨਾਬ, ਫਿਰ ਭਾਈ ਸ਼ਾਹ ਨੇ ਇੱਕ ਹੋਰ ਗੱਲ, ਠੀਕ ਹੈ, ਇੰਜ ਲਿਬਾਸ ਹੋਵੇ ਨਾ ਜਿਵੇਂ ਵਲੈਤਣਾ ਗਾਵਾਂ ਦਾ ਹੁੰਦਾ। ਮਾਸ਼ਾਅੱਲਾ ਜਨਾਬ, ਲਿਬਾਸ ਚੰਗਾ, ਫਿਰ ਥਣ ਚੰਗਾ ਝੋਟੀ ਦਾ, ਥਣ ਮੈਂ ਨਾ ਝੋਟੀ ਦਾ ਮਾਸ਼ਾਅੱਲਾ ਬਹੁਤ ਪਿਆਰਾ ਤੇ ਇੰਜ ਹੀ ਚੁਆ ਵੀ ਝੋਟੀ ਦਾ, ਮਾਸ਼ਾਅੱਲਾ ਇੰਜ ਹੀ ਚੁਆ ਹੋਵੇਗਾ। ਫਿਰ ਵੇਖਣਾ ਮੈਂ ਝੋਟੀ ਸਾਈਡ ਤੋਂ ਲਿਬਾਸ ਟੋਰੇ ਆ ਕਿੱਥੋਂ, ਨਹੀਂ ਤੂੰ ਜਿਹੜਾ ਤੂੰ ਨਹੀਂ ਤੂੰ ਲਿਬਾਸ ਪੁੱਛਿਆ ਜਾਂ ਸਿਰਫ ਝੋਟੀ ਕੱਚੀ ਵੇਂਦੇ ਕੁੜੀਆਂ ਦੇ ਕੋ ਪਤਾ ਨਹੀਂ ਜੀ, ਇਹ ਜੋ ਖੰਗੜ ਹੈ ਜਿਵੇਂ ਖੰਗੜ ਹੈ ਜੀ। ਬਿਲਕੁਲ, ਤੇ ਫਿਰ ਇਹ ਘੱਡੀ ਜਿਹੜਾ ਹੈ ਨਾ ਇਹ ਝੋਟੀ ਜਨਾਬ ਰੱਖਦੀ ਹੈ ਔਰ ਪਰੇਸ਼ਾਨ ਏਡਾ ਪੁੱਠਾ ਏਡੀ ਵੇਲ ਜੀ, ਏਡਾ ਕੱਦ ਵੇਖ ਲੋ ਨਾ ਫਿਰ। ਮਾਸ਼ਾਅੱਲਾ ਜਨਾਬ, ਬਾਟ ਸਾਹਿਬ ਲੈਣੇ ਦੇਣੇ ਨਸੀਬ ਨੇ ਤੇ ਇਨਸ਼ਾਅੱਲਾ ਜਿੰਨੇ ਵੀ ਸਬਸਕ੍ਰਾਈਬਰ ਔਰ ਜਿੰਨੇ ਵੀ ਫਾਲੋਅਰ ਨੇ ਜਨਾਬ ਟਿਕਟੌਕ ਤੇ ਨੇ ਜਾਂ ਫੇਸਬੁੱਕ ਤੇ ਨੇ ਯੂਟਿਊਬ ਤੇ ਸਬਸਕ੍ਰਾਈਬ ਕਰ ਲੈ। ਝੋਟੀ ਜਿੰਨਾ ਕੋ ਲਈ ਹੈ ਨਾ, ਠੀਕ ਹੈ, ਮਾਲਕਾਂ ਆਖਿਆ ਵਾ ਝੋਟੀ 23-24 ਸਾਲ ਗਾਰੰਟੀ ਨਾਲ ਦੁੱਧ ਵੀ ਦਿੰਦੀ ਹੈ। ਲੋ ਜੀ, ਇਹਦੇ ਕੋ ਜਿਹੜਾ ਲਾਇਸੈਂਸ ਹੈ ਇਹਦੇ ਕੋ ਪੱਕਾ ਲਾਇਸੈਂਸ ਵੀ ਹੈ। ਮਾਸ਼ਾਅੱਲਾ, ਔਰ ਸਟੈਂਪ ਹੋਈ ਹੈ ਪੂਰੀ। ਮੈਂ ਨਾ ਅੱਲਾ ਦੇ ਫਜ਼ਲ ਨਾਲ ਤੇ ਅੱਜ ਕੋਈ ਵੀ ਨਹੀਂ ਜੇ ਪੇੜ ਵਿੱਚ ਖਲਾਰ ਕੇ ਚੁਆਣੇ ਵਾਲੀ ਹੈ ਕਿ ਅੱਲਾ ਦੇ ਫਜ਼ਲ ਨਾਲ। ਮਾਸ਼ਾਅੱਲਾ ਜੀ, ਵੱਡਿਆ ਖਾੜਿਆਂ ਵਾਲੀ, ਵੱਡਿਆਂ ਖਾੜਿਆਂ ਜੀ ਪੇੜਾਂ ਵਿੱਚ ਇਨਸ਼ਾਅੱਲਾ ਖੇਡਣੇ ਵਾਲੀ ਔਰ ਵੱਡਿਆਂ ਮੇਲੇ ਵਾਲੀ, ਮੇਲੇ ਵਾਲੀ। ਮਾਸ਼ਾਅੱਲਾ ਜਨਾਬ, ਝੋਟੀ
ਔਰ ਮੇਲਿਆਂ ਦੇ ਖੇਡਣ ਵਾਲੀ ਜਿਹੜਾ ਹੈ ਨਾ, ਮੇਲਿਆਂ ਦੇ ਖਲੋ ਕੇ ਚੁਆਣ ਵਾਲੀ ਜਨਾਬ ਝੋਟੀ ਹੈ, ਫਿਰ ਪੁੱਠਾ ਬਾਦਸ਼ਾਹ ਔਰ ਅੱਧੀ ਜੰਗੀ ਜਿਹੜਾ ਨਾ ਝੋਟੀ ਦੀ ਹੈ ਜਨਾਬ। ਕਿੰਨੇ ਦਿਨ ਝੋਟੀ ਲੈ ਜਾਣੇ ਨੇ? ਲੋ ਜੀ, 7 to 8 ਡੰਗ ਮਾਲਕਾਂ ਦੇ ਹਿਸਾਬ ਨਾਲ ਉਹਨਾਂ ਅੱਖ ਅੱਲਾ ਰੱਖੀ ਨਾ ਗੈਰ ਬਾਟ ਸਾਹਿਬ ਸਾਡੇ ਜੋ ਨਸੀਬਾਂ ਚ ਅਸਾਂ ਲਿਆ ਲਿੰਦਾ ਜੀ, ਬਿਲਕੁਲ ਜੀ, ਤੁਸੀਂ ਲੈ ਚੱਲੇ ਠੀਕ ਹੈ। ਆ ਝੋਟੀ ਇਨਸ਼ਾਅੱਲਾ ਕਿਧਰੇ ਬੰਨ ਕੇ ਨਾ ਜੀ, ਤੇ ਆਖੋ ਦਾ ਵਾ ਝੋਟੀ ਬਣੀ ਹੈ ਜਾਂ ਸੂਈ ਨੇ ਕਿਧਰ ਭਰਾਨ ਕਰ। ਔਰ ਇੱਕ ਗੱਲ ਹੈ ਬਾਟ ਸਾਹਿਬ, ਫਿਰ ਜਿੱਥੇ ਵੀ ਝੋਟੀ ਜਾਏਗੀ ਨਾ, ਇੱਕ ਵਾਰੀ ਜਿਹੜਾ ਨਾ ਅੱਲਾ ਦੇ ਫਜ਼ਲ ਨਾਲ ਔਰ ਅੱਲਾ ਦੇ ਕਰਮ ਨਾਲ ਝੋਟੀ ਜਨਾਬ ਨਾ ਕੱਢੇਗੀ ਨਾ ਬੋਲੇਗਾ ਅੱਲਾ ਦੇ ਫਜ਼ਲ ਨਾਲ ਕਿ ਬਾਟ ਸਾਹਿਬ ਕੋ ਝੋਟੀ ਜਿਹੜੀ ਹੈ ਨਾ ਆਈ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜਿਹੜਾ ਭਰਾ ਲੈ ਗਿਆ ਜੀ, ਖੜਨੀ ਤੇ ਕਿਸੇ ਇੱਕ ਭਰਾ ਵੇਖਣੀ ਹਜ਼ਾਰਾਂ ਨੇ ਜੀ, ਬਿਲਕੁਲ, ਜਿਹੜਾ ਲੈ ਗਿਆ ਇਨਸ਼ਾਅੱਲਾ ਦਿਨ ਰਾਤੀ ਦੁਆ ਵੀ ਦੇਣਾ ਤੇ ਆਖੇ ਦਾ ਵਾ ਵੇਖ ਨਾ ਬੜ ਜੀ ਜੀ, ਆ ਭੁੱਖ ਨਹੀਂ ਲੱਗਦੀ ਦਿਲ ਕਰਦਾ ਮਾਜ ਦੇ ਕੋਲ ਬੈਠਾ ਰਹਾ, ਮਾਜ ਵੇਖੀ ਹੈ ਨੀਰਾ ਮਾਜ ਦੇ ਕੋਲ ਬਹਿ ਰਹਾ, ਆਪ ਵੀ ਵੇਖਣਗੇ ਔਰ ਯਾਰ ਸੱਜਣ ਲੱਗ ਲਾ ਵੀ ਜਿਹੜੀ ਹੈ ਨਾ ਛੱਡ ਦੇ ਜਰਾ ਮਾਸ਼ਾਅੱਲਾ ਜਨਾਬ, ਝੋਟੀ ਵੇਖੇਗੀ ਕਿ ਝੋਟੀ ਦੀ ਹਾਈਟ ਕਿੰਨੀ ਹੈ, ਝੋਟੀ ਦੀ ਵੇਲ ਕਿੰਨੀ ਹੈ, ਝੋਟੀ ਦਾ ਲਿਬਾਸ ਔਰ ਝੋਟੀ ਦਾ ਜਿਹੜਾ ਥਣ ਲੱਗੇ ਆ ਨਾ ਨਾ ਪਰੇਸ਼ਾਨ ਥਣ ਦਾ ਤਾਂ ਮੁੱਲ ਹੀ ਕੋਈ ਨਾ ਝੋਟੀ ਜੀ, ਬਿਲਕੁਲ ਜਨਾਬ। ਲੋ ਜੀ, ਝੋਟੀ ਜਨਾਬ ਇਹ 7 to 8 ਡੰਗ ਜਿਹੜਾ ਨਾ ਇਹ ਝੋਟੀ ਨੇ ਜਨਾਬ ਲੈ ਜਾਣੇ ਨੇ ਔਰ ਮਾਸ਼ਾਅੱਲਾ ਸਿੰਘ ਚੈੱਕ ਕਰਨਾ, ਸਿੰਘ ਜੈਨੂਨ ਪਰੇਸ਼ਾਨ ਬੂਥੀ ਵੇਖਣੀ ਹੈ ਝੋਟੀ ਦੀ, ਮੈਂ ਨਾਸਾਂ ਤੋਂ ਲੈ ਕੇ ਨਵਾਂ ਤੱਕ ਜੀ, ਬਿਲਕੁਲ, ਮਾਲਕ ਨੇ ਇੱਕ ਲੂਹ ਲੂਹ ਇਹਦਾ ਸੋਨਾ ਬਣਾ ਛੱਡਿਆ ਜੀ, ਬਿਲਕੁਲ। ਤੇ ਬਲਾਲ ਇੱਕ ਵਾਰੀ ਇੱਥੇ ਬੂਥੀ ਜਿਹੜੀ ਹੈ ਨਾ ਇਹਦੇ ਕਰੋ ਜੀ, ਇੰਜ ਕਰ ਬੂਥੀ ਇੱਕ ਵਾਰੀ ਹੈ ਨਾ ਇਹ ਬਲਾਲ ਨੂੰ ਵਹਾਣ ਦਿਓ, ਫਿਰ ਇੱਕ ਹੋਰ ਵੀ ਗੱਲ ਹੈ ਜੀ, ਐਡੀ ਝੋਟੀ ਹੋ ਕੇ ਸਾਲਤਾਂ ਵੇਖਣੀਆਂ ਨੇ ਮਾਸ਼ਾਅੱਲਾ ਜਨਾਬ, ਆ ਵੇਖੋ ਨਾ ਇਹ ਕੰਨੀ ਵਾਲਾ, ਇਸੇ ਚੀਜ਼ ਦਾ ਮੁੱਲ ਨਹੀਂ ਬਾਟ ਸਾਹਿਬ, ਇਹ ਚੀਜ਼ ਦਾ ਮੁੱਲ ਹੀ ਕੋਈ ਬੱਚਾ ਲੈ ਕੇ ਪਿਆ ਜੀ, ਬਿਲਕੁਲ ਜੀ, ਬੱਚਾ ਵੀ ਕੋਈ ਲੈ ਕੇ ਪਿਆ ਫਿਰੇ ਤੇ ਫਿਰ ਮੂੰਹ ਦੀ ਸਹੁ ਜਿਹੜਾ ਨਾ ਉਹ ਭਰਾਵਾਂ ਨੂੰ ਜਨਾਬ ਤਕਾ ਸੜੀ ਹੈ, ਫਿਰ ਬਲਾਲ ਇੱਕ ਵਾਰੀ ਇੱਥੇ ਖੇੜਾ ਜਿਹੜਾ ਨਾ ਔਰ ਖੇੜਾ ਫਿਰ ਪਰੇਸ਼ਾਨ ਐਡੀ ਝੋਟੀ ਹੋ ਕੇ ਧੁੰਨੀ ਕੌਲੀ ਢੂੰਡਿਆ ਨਹੀਂ ਲੱਭਣ ਲੱਗੀ ਜੀ, ਬਿਲਕੁਲ ਜਨਾਬ, ਸਿਰਫ ਨਿਸ਼ਾਨ ਹੈ। ਲੋ ਜੀ, ਬਾਟ ਸਾਹਿਬ ਦੀ ਗ੍ਰੇਟ ਝੋਟੀ ਮਾਸ਼ਾਅੱਲਾ ਚੰਗੀ ਹੈ ਤੇ ਦਾਤ ਮੇਰੀ ਤਰਫੋਂ ਵੀ ਹੈ ਤੇ ਇਨਸ਼ਾਅੱਲਾ ਆਪਣੀ ਜਿੰਨਾ ਵੀ ਇਹ ਗੁਲਦਸਤਾ ਹੈ ਨਾ ਉਹ ਸਾਰਿਆਂ ਦੀ ਤਰਫੋਂ ਜਨਾਬ ਨੂੰ ਦਾਤ ਲੱਭੇਗੀ। ਹੁਣ ਬਿਸਮਿਲ੍ਲਾ ਪੜ੍ਹਨੀ ਹੈ ਜਨਾਬ, ਬਾਟ ਸਾਹਿਬ ਕਿਸੇ ਭਰਾ ਨੂੰ ਪਸੰਦ ਆਵੇ ਜੈ ਜੀ ਰੋਜ਼ੀ ਰੱਖ ਕੇ ਗੱਲਾਂ ਹੁੰਦੀਆਂ ਨੇ ਅਲਹਮਦੁਲਿਲਾ ਪੱਕੀਆਂ ਤੇ ਪੀੜੀਆਂ ਤੇ ਫਾਈਨਲ ਔਰ ਫਾਈਨਲ ਜੀ ਜਿਹੜਾ ਨਾ ਤੇ ਝੋਟੀ ਦਾ ਕਿੰਨੇ ਦਾ ਰਸਾ ਜਨਾਬ ਨੇ ਭਰਾ ਦਿੱਤਾ ਝੋਟੀਆਂ ਨੂੰ ਵੇਖੀਏ ਨਾ ਜੀ, ਜਾਂ ਪਿਛਲੇ ਮਾਲਕਾਂ ਦੀ ਜਿਕਣ ਦੀ ਦੱਸ ਤੇ ਠੀਕ ਹੈ, ਉਹ ਤਾਂ ਮੁੱਲ ਕਰਦੇ ਹਜੇ 12 lakh ਰੁਪਈਆ ਔਰ ਪਛਾਂਦੀ ਵੀ ਹੈ, ਪਛਾਂਦੀ ਵੀ ਹੈ, 15 ਵੀ ਮੰਗੀ ਤਾਂ ਵੀ ਪਛਾਂਦੀ ਭਰਾ ਵੇਂਦੇ ਨੇ ਵੀਡੀਓ ਰੋਜ਼ ਜੀ, ਬਿਲਕੁਲ ਜਨਾਬ, ਲੇਕਿਨ ਅਸਾਂ ਲਿਆਂਦੀ ਉਹਨਾਂ ਨਾਲ ਲੜ ਘੋਲ ਕੇ, ਵੈਰੀ ਗੁੱਡ, ਤੇ ਰੋਜ਼ੀ ਪਿਛਲੇ ਘਰੋਂ ਲਿਆ, ਪਿਛਲੇ ਘਰੋਂ ਤੇ ਇਹ ਇਨਸ਼ਾਅੱਲਾ ਦੇਣੀ ਵੀ ਕਿਸੇ ਭਰਾ ਨੇ ਨਹੀਂ, ਤੋਹਫਾ ਕਰਕੇ ਦੇਣੀ ਹੈ ਠੀਕ ਹੈ, ਕਲਣੀ ਤੋਹਫਾ ਕਰਕੇ ਹੀ ਹੈ, ਵੈਰੀ ਗੁੱਡ ਜਨਾਬ, ਅਸਾਂ ਨਾ 12 ਤੇ ਨਾ 10, ਵੈਰੀ ਗੁੱਡ ਜਨਾਬ, ਨਾ ਅੱਜ ਮੇਰਾ ਦਿਲ ਨਉ ਲਾਣੇ ਤੇ, ਖੁਸ਼ ਰਹੋ ਬਾਬਾ ਸ਼ੇਰ, ਮੁੱਲ ਨਹੀਂ ਹੋਣ ਲਗਾ, ਠੀਕ ਹੋ ਗਿਆ ਜਨਾਬ, ਜਿਹੜੇ ਭਰਾ ਦੇ ਪਸੰਦ ਹੈ ਨਾ ਭਾਈ ਸ਼ਾਨ ਜੀ, 8 lakh ਤੇ 35 000 ਦੀ ਝੋਟੀ ਦਿਆਂ ਦਾ, ਯਾ ਰਾਜ਼ੀ ਹਾਂ ਤੇਰੇ ਤੋਂ ਬਟਾ, ਜਿਸ ਭਰਾ ਨੂੰ ਪਸੰਦ ਆਵੇ। ਲੋ ਜੀ, ਝੋਟੀ ਉਹ ਇਹਨਾਂ ਮੁੱਲਾਂ ਨਾਲ ਭਾਈ ਸ਼ਾਨ ਇਹਦਾ ਤਲਕ ਕੋਈ ਨਹੀਂ ਜੀ, ਬਾਟ ਸਾਹਿਬ ਇਹ ਤੇ ਜਿਸ ਵੀਡੀਓ ਅਪਲੋਡ ਹੋਣੀ ਹੈ ਨਾ, ਯਾ ਅੱਲਾ ਰੱਖੀ ਨਾ ਖੈਰ, ਠੀਕ ਹੈ, ਜਿਸ ਝੋਟੀ ਪੂਰੀ ਆਈ ਤਿਆਰੀ ਚ ਜੀ, ਬਿਲਕੁਲ, ਇਹਨਾਂ ਮੁੱਲਾਂ ਨੇ ਦਾ ਤਲਕ ਕੋਈ ਨਹੀਂ ਭਾਈ, ਬਲਾਲੇ ਕਰ ਸਾਈਡ ਤੋਂ ਹੀ ਮਾਰ ਕੇ ਕੈਮਰਾ ਵਹਾ ਜੀ, ਵਹਾ ਸਾੜਦੇ ਨੇ ਇੱਕ ਵਾਰੀ ਲਿਬਾਸ ਵਹਾ ਲੈਣ ਤੋਂ, ਫਿਰ ਗਾੜੀ ਪਿਛਾੜੀ ਮੁਕੰਮਲ ਵਹਾ ਲੈਣ ਤੋਂ, ਤਾਂ ਕਿ ਵਹਾਣ ਵਿੱਚ ਛੱਕ ਕੇ ਜਿਹੜਾ ਹੈ ਨਾ ਚੁਆ ਵੀ ਇੰਜ ਹੋਦਾ ਕੋ 7 ਸਾਲਾਂ ਦਾ ਬੱਚਾ ਹੋਇਆ ਨਾ, ਉਹ ਵੀ ਬਹਿ ਕੇ ਚੋ ਲੈ, ਇੰਜ ਦੀ ਚੁਆਈ, ਇੰਜ ਦੀ ਚੁਆਈ ਹੋਵੇ, ਮਾਸ਼ਾਅੱਲਾ ਜਨਾਬ। ਲੋ ਜੀ, ਜਿਸ ਭਰਾ ਨੂੰ ਪਸੰਦ ਆਵੇ 8 lakh ਤੇ 35 000 ਦੀ ਮਾਈ ਦਿਆਂ, 35 000 ਰੁਪਏ ਦੇ ਨੰਬਰ ਇੱਕ ਮਾਜ ਜਨਾਬ, ਔਰ ਮਜ਼ੀਦ ਆਏ ਦੀ ਕਦਰ ਉਹ ਜ਼ਰੂਰ ਹੋਵੇ ਦੀ ਲੈਣ ਦੇ ਨਸੀਬਾਂ ਜੀ, ਬਿਲਕੁਲ ਜਨਾਬ, ਆਪਾਂ ਜ਼ਰੂਰ ਹੋਵੇ ਕਹਿੰਦੇ ਹੋ ਜੀ, ਕਿਥੋਂ ਲੋ ਨਹੀਂ ਮਾਜ ਜਿਹੜੀ ਹੈ ਨਾ, ਨੰਬਰ 2 ਜਿਹੜਾ ਨਾ ਨੰਬਰ 1 ਦੇ ਹੋ ਗਈ ਹੈ ਮੁਕੰਮਲ, ਆਜ ਦੀ ਵੀਡੀਓ ਦੇ ਵਿੱਚ 2 ਹੀ ਮਜਾ ਨੇ,
ਔਰ ਦੋਵੇਂ ਜਿਹੜੀਆਂ ਨਾ ਇੱਕ ਤੋਂ ਇੱਕ ਜਨਾਬ ਦਮ ਰੱਖ ਲਈਆਂ ਨੇ, ਲੈਣੇ ਦੇਣੇ ਨਸੀਬ ਨੇ। ਬਾਟ ਸਾਹਿਬ ਕਿਸੇ ਨੂੰ ਇੱਕ ਨੰਬਰ ਪਸੰਦ ਆਉਣੀ ਹੈ ਔਰ ਕਿਸੇ ਭਰਾ ਨੂੰ ਦੋ ਨੰਬਰ ਪਸੰਦ ਆਉਣੀ। ਪਰੇਸ਼ਾਨ ਇਹ ਕੋਈ ਪਤਾ ਨਹੀਂ ਦੇ ਕੋਈ ਜੋੜੀ ਭਰਾ ਲੈ ਗਿਆ ਜੀ। ਬਿਲਕੁਲ ਇੱਕ ਹੀ ਭਰਾ ਜਿਹੜਾ ਹੈ ਨਾ ਇਹ ਜੋੜਾ ਜਨਾਬ ਜੋੜਾ ਕਦੀ ਕਦੀ ਬਣਦਾ ਮਾਸ਼ਾਅੱਲਾ। ਫਿਰ ਇੱਕ ਜੋੜ ਦੀਆਂ ਇੱਕ ਜੋੜ ਦੀਆਂ ਅੱਲਾ ਦੇ ਫਜ਼ਲ ਨਾਲ ਇੱਕੋ ਜਿੰਨੀ ਵੇਲ ਹੈ, ਇੱਕੋ ਜਿੰਨੀ ਬੁੱਧੀ ਹੈ, ਇੱਕੋ ਜਿੰਨੀ ਹਾਈਟ ਹੈ, ਇੱਕੋ ਜਿਹਾ ਪੁੱਠ ਹੈ, ਇੱਕੋ ਜਿਹਾ ਲਬਾਸ ਹੈ, ਥਣ ਹੈ ਔਰ ਦੋਵੇਂ ਇੱਕ ਜੋੜ ਦੀਆਂ ਜਿਹੜਾ ਨਾ ਪਰੇਸ਼ਾਨ ਸਿੰਘੀ ਦੀ ਭਰਾਵਾਂ ਨੂੰ ਹਾਣੀ ਹੈ ਬੁੱਠੀ। ਠੀਕ ਹੈ ਜੈਨੂਅਨ ਸਿੰਘੀ ਹੋਵੇ ਦੀ ਔਰ ਅੱਖਾਂ ਇੱਕੋ ਜਿਹੀਆਂ ਕਾਲੀਆਂ ਜਨਾਬ ਦੋਵੇ ਜਿਹੜਾ ਨਾ ਮੱਝੀ ਨੇ ਅੱਲਾ ਪਾਕ ਜੀ ਜੇ ਕੋਈ ਭਰਾ ਪਹਿਲੀ ਲਵੇ ਜਾਂ ਜੋੜਾ ਲਵੇ ਨਾ ਉਹਨਾਂ ਦੇ ਜਨਾਬ ਨਸੀਬਾਂ ਵਿੱਚ ਕਰੇ ਕਿਉਂਕਿ ਦੋਵੇਂ ਮਾਸ਼ਾਅੱਲਾ ਇਹ ਝੋਟੀ ਹੈ ਕੱਚੀ ਹੈ ਵੀ। ਠੀਕ ਹੈ ਤੇ ਹਾਣੀ ਇਹ ਝੋਟੀ ਦਾ ਕਿੱਥੇ ਕਿੱਥੇ ਲੱਤ ਧਰਦੀ ਹੈ ਮਾਸ਼ਾਅੱਲਾ ਤੇ ਹੁਣ ਕੱਚੀ ਦਾ ਲਿਬਾਸ ਜਿਹੜਾ ਕੱਚੀ ਦਾ ਲਿਬਾਸ ਤੇ ਟੁਰਦੀ ਕਿ ਭਲਵਾਨਾਂ ਆ ਰਹੀ ਹੈ ਨਾ ਜੀ ਬਿਲਕੁਲ ਅੱਲਾ ਦੇ ਫਜ਼ਲ ਨਾਲ ਜਿਹੜੇ ਪੀੜੇ ਚ ਵੀ ਗਈ ਨਾ ਜੀ ਇੰਜੇ ਵੱਖਰੀ ਪਈ ਨਜ਼ਰ ਆਵੇ ਹੁਣ ਵੀ ਜਿਹੜਾ ਨਾ ਲਿਬਾਸ ਨਾਲ ਖਹਿ ਕੇ ਟੁਰਦੀ ਤੇ ਝੋਟੀ ਦੀ ਵੇਲ ਤੇ ਕੱਦ ਦੇਖਣਾ ਮਾਸ਼ਾਅੱਲਾ ਜਨਾਬ ਬਾਟ ਸਾਹਿਬ ਸੰਗੀ ਚੰਗੀ ਹੈ, ਹਾਈਟ ਚੰਗੀ ਹੈ, ਵੇਲ ਚੰਗੀ ਹੈ ਫਿਰ ਦੂਜਣ ਝੋਟੀ ਹੋ ਕੇ ਪਰੇਸ਼ਾਨ ਏਡਾ ਕੱਦ ਨਹੀਂ ਸਾਰੀਆਂ ਦੌੜ ਮਾਸ਼ਾਅੱਲਾ ਜਨਾਬ ਫਿਰ ਗੰਢ ਚੋਰ ਝੋਟੀ ਦੇ ਮਾਸ਼ਾਅੱਲਾ ਚੰਗੇ ਨੇ ਔਰ ਮਾਸ਼ਾਅੱਲਾ ਜੀ ਲਾਮ ਝੋਟੀ ਦਾ ਚੰਗਾ ਬਾਟ ਸਾਹਿਬ ਇਹ ਕਿੰਨੇ ਕੁ ਦਿਨ ਝੋਟੀ ਲਾ ਜਾਏ ਜਾਨੇ ਇਸ ਝੋਟੀ ਦੇ ਵੀ ਇਹਨਾਂ ਮਾਲਕਾਂ ਦੇ ਹਿਸਾਬ ਨਾਲ ਇਹ 7 ਦਿਨ ਪੂਰੇ ਬਾਕੀ ਲੋ ਜੀ ਦੋਵੇਂ ਕੱਠੀਆਂ ਹੀ ਨੇ ਦੋਵੇਂ ਕੱਠੀਆਂ ਪੂਰੇ 7 ਦਿਨ ਬਾਕੀ ਲੋ ਜੀ ਦੋਵੇਂ ਇਹ 7 ਤੋਂ 8-8 ਦਿਨ ਜਿਹੜਾ ਹੈ ਨਾ ਇਹ ਦੋਵਾਂ ਝੋਟੀਆਂ ਨੇ ਜਾਨੇ ਦੋਵੇਂ ਝੋਟੀਆਂ ਬੜੀਆਂ ਗਰੰਟੀਆਂ ਨੇ ਫਿਰ ਉੱਪਰ ਜੇ ਨੇ ਜੀ ਬਿਲਕੁਲ ਉਹ ਅੱਲਾ ਪਾਕ ਰੱਖੇ ਨਾ ਖੈਰ ਠੀਕ ਹੈ ਅਸੀਂ ਕੋਈ ਭਰਾ ਕੇ ਨਾ ਸਵਾਗ ਵੀ ਖੜਨਾ ਚਾਹਵੇ ਜੀ ਤਾਂ ਵੀ ਅਸੀਂ ਬਾਅਦ ਚੋਂ ਹਾਜ਼ਰ ਹਾਂ। ਵੈਰੀ ਗੁੱਡ ਜੀ ਦੇਖੋ ਜੀ ਦੋਵੇਂ ਸੂਟਾਂ ਨੇ ਜੇਕਰ ਕੋਈ ਕੱਪੜ ਲੈ ਕੇ ਜਾਏ ਨਾ ਜਨਾਬ ਕਿਉਂਕਿ ਦਾਰੀ ਜਿਹੜੀ ਹੈ ਨਾ ਇਹ ਮਾਲਕਾਂ ਨੇ ਚੰਗੀ ਕੀਤੀ ਹੈ ਲਿਬਾਸ ਝੋਟੀ ਦਾ ਚੰਗਾ ਹਣ ਚੰਗਾ ਪਰੇਸ਼ਾਨ ਮਸ਼ਕ ਦੀ ਵੇਖਿਆ ਸੈਰ ਚ ਹੱਥ ਮਾਰੀਏ ਨਾ ਇੰਜ ਲੱਗਦਾ ਜੀ ਬਰੀਕ ਹੋਵੇਗੀ ਕੰਢੇ ਦੀ ਛਿੱਲੜ ਆ ਲੋ ਜੀ ਲੈਣੇ ਦੇਣੇ ਜਨਾਬ ਨਸੀਬ ਨੇ ਨੰਬਰ ਇੱਕ ਮੁਕੰਮਲ ਹੋ ਗਈ ਤੇ ਮੁੱਲ ਉਹਦਾ ਲੱਗ ਗਿਆ ਤੇ ਨੰਬਰ ਦੋ ਦਾ ਵੀ ਜਿਹੜਾ ਹੈ ਨਾ ਇਹ ਵੀ ਮੁੱਲ ਜਨਾਬ ਬਾਟ ਸਾਹਿਬ ਕੋਲੋਂ ਪੁੱਛ ਲੈਣੇ ਆ ਕਿਉਂਕਿ ਤਿੰਨ ਜਾਂ 7 ਜਿਹੜਾ ਹੈ ਨਾ ਇਸ ਝੋਟੀ ਦੇ ਜਨਾਬ ਬਾਕੀ ਨੇ ਦੂਜੇ ਝੋਟੀ ਹੋ ਕੇ ਮਸ਼ਕ ਇਹ ਚੈੱਕ ਕਰਨੀ ਹੈ ਫਿਰ ਜਿੱਡੀ ਆਪ ਹੈ ਨਾ ਉਹਦਾ ਹੀ ਲਿਬਾਸ ਕਰੇ ਉਹਦਾ ਹੀ ਲਿਬਾਸ ਦੇ ਜਿੱਡੀ ਆਪ ਹੈ ਨਾ ਅੱਲਾ ਰੱਖੀ ਖੈਰ ਠੀਕ ਹੈ ਮਾਲਕ ਇਹਦੀ ਜ਼ਿੰਦਗੀ ਕਰੇ ਉਹਦਾ ਹੀ ਕਰੇ ਔਰ ਆਪਣੇ ਲਿਬਾਸ ਵਜੂਦ ਨਾਲ ਜਿਹੜਾ ਨਾ ਲਿਬਾਸ ਇਹ ਜਿੱਦੇਗਾ ਜਿੱਦੇਗਾ ਅੱਲਾ ਦੇ ਫਜ਼ਲ ਨਾਲ ਝੋਟੀ ਪਰ ਆਖਣ ਦੇ ਬਾਟ ਸਾਹਿਬ ਨੂੰ ਤੋਹਫਾ ਕੱਢ ਕੇ ਲਿਆਂਦਾ ਜੀ ਯਾ ਰਾਜ਼ੀ ਹਾਂ ਤੇਰੇ ਤੋਂ ਬਟਾ ਲੋ ਜੀ ਬਾਟ ਸਾਹਿਬ ਦੇ ਗ੍ਰੇਟ ਹੈ ਹੁਣ ਝੋਟੀ ਜਨਾਬ ਬਿਸਮਿਲਲਾ ਪੜੋ ਜੀ ਨੰਬਰ ਜਿਹੜੀ ਹੈ ਨਾ ਦੋ ਕਿਸੇ ਭਰਾ ਨੂੰ ਪਸੰਦ ਆਵੇ ਗੱਲਾਂ ਪੱਕੀਆਂ ਤੇ ਪੇਟੀਆਂ ਅੱਗੀਆਂ ਤੇ ਸੱਚੀਆਂ ਅੱਛਾ ਖਰੀਆਂ ਬਾਟ ਸਾਹਿਬ ਕਿੰਨੇ ਦੀ ਝੋਟੀ ਜਨਾਬ ਨੇ ਦੇ ਸਕਣੇ ਪਰੇਸ਼ਾਨ ਝੋਟੀ ਦਾ ਮੁੱਲ ਲਾਣਾ ਹੋਵੇ ਨਾ ਆਪਣੇ ਡੇਰੇ ਤੇ ਖਲੋਤੇ ਕਰੇ ਕਿਸੇ ਦੱਕ ਲੈਣਾ ਜੀ ਬਿਲਕੁਲ ਜਨਾਬ ਮੁੱਲ ਇਹਦਾ 8.5 ਲੱਖ ਵੈਰੀ ਗੁੱਡ ਜਨਾਬ ਲੇਕਿਨ ਮੁੱਲ ਛੁੱਲ ਨਹੀਂ ਇਸ ਮੁੱਲ ਨਾਲ ਇਸ ਮੁੱਲ ਦੀ ਗੱਲ ਕਰਨੀ ਵੀ ਨਹੀਂ ਅਸਾਂ ਮੁੱਲ ਨਹੀਂ ਹੋਣੇ ਠੀਕ ਹੈ ਅਸਾਂ ਨਾ 7.5 ਤੇ ਨਾ 7 ਉਹ ਚਰੋ ਬੱਪਾ ਤੇ ਅੱਜ ਮੇਰਾ ਦਿਲ ਤੋਫੀ ਕਰੀ ਲਾਣਾ 6.5 ਵੀ ਨਹੀਂ ਯਾਰ ਰਾਜ਼ੀ ਹਾਂ ਤੇਰੇ ਤੋਂ ਬੱਟਾ 6.5 ਵੀ ਨਹੀਂ
ਨਹੀਂ ਲਾਣਾ। ਠੀਕ ਹੋ ਗਿਆ ਜਨਾਬ। ਸ਼ਾਨ ਜਿਹੜੇ ਭਰਾ ਦੇ ਪਸੰਦ ਆਏ ਨਾ ਸਾਰੇ ਮੁੱਲ ਛੱਡ ਕੇ ਜੀ ਮਾਸਟਰ ਸਾਹਿਬ 6,15,000 ਦੀ ਝੋਟੀ ਜਾਂਦੀਆਂ ਮੇਰੇ ਦੁਪੱਟਾ। ਜਿਸ ਭਰਾ ਨੂੰ ਪਸੰਦ ਆਵੇ ਜਨਾਬ 6,00,000 ਮੁੱਲ ਵੇਖ ਲੈਣਾ ਝੋਟੀ ਦਾ। ਝੋਟੀ ਭਰਾਵਾਂ ਵੇਖ ਲੈਣੀ। ਠੀਕ ਹੈ। ਇਹਨਾਂ ਮੁੱਲਾਂ ਨਾਲ ਵੇਖਣਾ ਵੀ ਇਹਨਾਂ ਦਾ ਤਲਕ ਹੈ ਜਾਂ ਕੋਈ ਨਹੀਂ। ਜੀ ਬਿਲਕੁਲ। ਜੋੜਾ ਜਿਹੜਾ ਨਾ ਇਕੱਠਾ ਕੱਲੀ ਕੱਲੀ ਦੇ ਭਰਾਵਾਂ ਨੇ ਤਕਾਈ ਹੈ, ਉਹਨੇ ਜੋੜਾ ਜਿਹੜਾ ਨਾ ਇਕੱਠਾ ਜੋੜਾ ਜਨਾਬ ਝੋਟੀਆਂ ਦਾ ਜਿਸ ਭਰਾ ਨੂੰ ਪਸੰਦ ਆਵੇ 14,50,000। ਇੱਕ ਹੋਰ ਵੀ ਗੱਲ ਹੈ, ਭਰਾ ਲੈ ਨਾ ਜੋੜਾ ਇਕੱਠਾ, ਠੀਕ ਹੋ ਗਿਆ, ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈ ਉਹਨਾਂ। ਜੇ ਕੋਈ ਜੋੜਾ ਲੈ ਨਾ ਮੁੱਲ ਅੱਗੇ ਵੀ ਵੇਖ ਲੈਣਾ, ਇਹ ਸਮਝੋ ਸਾਡੀ ਤਰਫ ਤੋਹਫ਼ੇ ਉਸ ਭਰਾ ਨੂੰ। ਲੋ ਜੀ ਆਲ ਪੰਜਾਬ, ਆਲ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ, ਡਿਲੀਵਰੀ ਜਨਾਬ ਡੋਰ ਤੋਂ ਲੈ ਕੇ ਡੋਰ ਤੱਕ ਜਿਹੜਾ ਹੈ ਨਾ ਇਹ ਵਟਸਐਪ ਦੀ ਤਰਫ ਹੋਵੇਗੀ ਜਨਾਬ। ਔਰ 14,50,000 ਅੱਲਾ ਜਾਣ ਦਾ ਨਸ਼ਾ ਹੋ ਜਾਂਦਾ ਲੈਣੇ ਦੇਣੇ ਨਸੀਬ ਨੇ ਅੱਲਾ ਪਾਕ ਕੋਲੇ, ਔਰ ਅੱਲਾ ਪਾਕ ਅਲਹਮਦੁਲਿਲਾ ਰਿਜ਼ਕ ਵੀ ਦਿੰਦਾ ਪਿਆ, ਔਰ ਇੱਜ਼ਤਾਂ ਵੀ ਜਿਹੜਾ ਹੈ ਨਾ ਅੱਲਾ ਪਾਕ ਨੇ ਜਨਾਬ ਦਿੱਤੀਆਂ ਨੇ। ਲੋ ਜੀ ਜਨਾਬ ਦੋਵੇਂ ਝੋਟੀਆਂ ਹੁਣ ਇਕੱਠੀਆਂ ਵੀ ਵੇਖ ਲਈਆਂ ਨੇ, ਕੱਲੀ ਕੱਲੀ ਵੀ ਵੇਖ ਲਈ ਹੈ, ਕੱਲੀ ਕੱਲੀ ਦਾ ਵੀ ਮੁੱਲ ਲੱਗ ਗਿਆ ਤੇ ਜੋੜਾ ਇਕੱਠਾ ਕਰਕੇ ਡਿਸਕਾਊਂਟ ਜਿਹੜੀ ਹੈ ਨਾ ਉਹ ਵੀ ਜਨਾਬ ਕਰ ਸੜੀ ਹੈ। ਤੇ ਜਿਹੜੇ ਭਰਾ ਨੂੰ ਪਸੰਦ ਆਵਣ ਨੰਬਰ ਜਿਹੜਾ ਨਾ ਵਟਸਐਪ ਦਾ ਇਹ ਸਕਰੀਨ ਤੇ ਲੱਗ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰਨਾ ਤੇ ਬਾਕੀ ਅੱਲਾ ਪਾ ਕੇ ਰੱਖੇ। ਖੈਰ ਸਾਰੇ ਭਰਾਵਾਂ ਨੇ ਜਨਾਬ ਦੁਆਵਾਂ ਚ ਯਾਦ ਰੱਖਣਾ, ਔਰ ਇਸੇ ਵੀਡੀਓ ਦੇ ਨਾਲ ਜਿਹੜਾ ਹੈ ਨਾ ਇੱਥੇ ਉਹ ਇਜਾਜ਼ਤ ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਵਟਸਐਪ ਨਾਰਾ ਮਾਰਨਾ ਜਨਾਬ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਨਾਰਾ ਹੈਦਰੀ ਜੈ ਹਿੰਦ।